ਪੰਜਾਬ ਡੈਰੀ ਦੇ ਨਾਲ ਜੁੜੇ ਰਹੋ ਅਤੇ ਜੇ ਸਾਡੀ ਖਬਰ ਇਹ ਚੰਗੀ ਲੱਗੀ ਆ ਜਿਹੜੀਆਂ ਬਿਹਾਈਂਡ ਦ ਬੈਕ ਵਾਲੀਆਂ ਚਲਾਕੀਆਂ ਕਿ ਇਧਰੋਂ 4 ਫਾਇਦੇ ਲੈ ਲਈਏ, ਇਧਰੋਂ ਵੋਟਾਂ ਲੈ ਲਈਏ, ਬੀਜੇਪੀ ਨਾਲ ਰਲ ਕੇ 2 ਸੀਟਾਂ ਜਿੱਤ ਲਈਏ, ਇਹ 'ਚ ਕੁਛ ਨਹੀਂ ਲੱਭਣਾ। ਪੰਜਾਬ ਦੀ ਸਿੱਧੇ ਹੋ ਕੇ ਲੜਾਈ ਲੜੋ, ਸਿੱਖ ਕੌਮ ਦੀ ਲੜਾਈ ਲੜੋ। ਸਿਰਫ ਵੋਟਾਂ ਲੈਣ ਵਾਸਤੇ, ਆਪਦਾ ਵੋਟ ਸ਼ੇਅਰ ਵਧਾਉਣ ਵਾਸਤੇ, 1-2-4 MP ਬਣਾਉਣ ਵਾਸਤੇ, ਇਹ ਜਿਹੜੇ ਮੁੱਦੇ ਤੇ ਬੀਜੇਪੀ ਨੂੰ ਛੱਡਿਆ ਸੀ ਉਹ ਮੁੱਦੇ ਦਾ ਜੇ ਕੋਈ ਹੱਲ ਨਹੀਂ, ਤਾਂ ਦੇਖ ਲਓ ਅੱਜ ਬੀਜੇਪੀ ਕੀ ਕਰ ਰਹੀ ਹੈ ਕਿਸਾਨਾਂ ਨਾਲ, ਕਿੰਨਾ ਧੱਕਾ ਕਰ ਰਹੀ ਹੈ। ਤੇ ਅਕਾਲੀ ਦਲ ਉਹਨਾਂ ਨਾਲ ਗੱਠਜੋੜ ਦੀਆਂ ਗੱਲਾਂ ਕਰ ਰਿਹਾ, ਤੇ ਅੱਜ ਗੱਲ ਉੱਥੇ ਦੀ ਉੱਥੇ ਖੜੀ ਹੈ, ਤੇ ਅੱਜ ਦੇਖ ਲਓ ਬੀਜੇਪੀ ਕਿੰਨਾ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ। ਤੇ ਅੱਜ ਮੈਂ ਤਾਂ ਹੈਰਾਨ ਹੈ ਕਿ ਅਕਾਲੀ ਦਲ ਬੀਜੇਪੀ ਨਾਲ ਗੱਲ ਚਲਾ ਲਿਆ ਕਿ ਅਸੀਂ ਇਹਨਾਂ ਨਾਲ ਸੀਟਾਂ ਦੀ ਵੰਡ ਕਰੀਏ ਤੇ ਕਿਵੇਂ ਨਾ ਕਿਵੇਂ ਸਾਨੂੰ ਵੋਟਾਂ 'ਚ ਫਾਇਦਾ ਹੋ ਜੇ। ਇਹਦਾ ਮਤਲਬ ਪੰਜਾਬ ਦੇ ਮੁੱਦਿਆਂ ਨਾਲ ਇਹਨਾਂ ਨੂੰ ਕੋਈ ਦਰਦ ਨਹੀਂ। ਕੁਰਸੀਆਂ ਪਰਮਾਤਮਾ ਨੇ ਤੇ ਸੰਗਤ ਨੇ ਦੇਣੀ ਹੈ, ਇਹਦੇ ਮਗਰ ਭੱਜਿਆ ਕੁਛ ਨਹੀਂ ਮਿਲਣਾ ਕੁਰਸੀਆਂ ਦੇ, ਜਿਵੇਂ ਤੁਸੀਂ ਭੱਜੇ ਫਿਰਦੇ ਹੋ ਕਿ ਕਿਵੇਂ ਨਾ ਕਿਵੇਂ ਇਧਰੋਂ ਦਾ ਲੱਗ ਜੇ ਉਧਰੋਂ ਦਾ ਲੱਗ ਜੇ। ਪੰਜਾਬ ਦੇ ਮੁੱਦਿਆਂ ਤੇ, ਸਿੱਖ ਕੌਮ ਦੇ ਮੁੱਦਿਆਂ ਤੇ, ਕਿਸਾਨਾਂ ਦੇ ਮੁੱਦਿਆਂ ਤੇ ਪਹਿਰਾ ਦੇਵੇ ਅਕਾਲੀ ਦਲ। ਅਕਾਲੀ ਦਲ ਦੀ ਜਿਹੜੀ ਹੋਂਦ ਹੈ ਅੱਜ, ਅਕਾਲੀ ਦਲ ਦੀ ਹੋਂਦ ਦਾ ਸਵਾਲ, ਇੰਨਾ ਹੀ ਐਗਰੀਕਲਚਰ ਕਾਨੂੰਨਾਂ ਪਿੱਛੇ ਰੌਲਾ ਪਿਆ ਸੀ। ਜਦੋਂ ਬੀਜੇਪੀ ਨੇ ਲਾਗੂ ਕੀਤੇ, ਹਰਸਿਮਰਤ ਜੀ ਉਹਦੇ ਵਿੱਚ ਮੰਤਰੀ ਸੀ, ਇਹਨਾਂ ਨੇ ਸਾਈਨ ਕੀਤੇ ਕੈਬਨਿਟ ਵਿੱਚ ਉਹਨਾਂ ਕਾਨੂੰਨਾਂ ਤੇ। ਫਿਰ ਸੁਖਬੀਰ ਜੀ ਤੇ ਹਰਸਿਮਰਤ ਜੀ ਹੱਕ 'ਚ ਭੁਗਤਦੇ ਰਹੇ ਇਹਨਾਂ ਕਾਨੂੰਨਾਂ ਦੇ 7 ਮਹੀਨੇ ਕਿ ਬਿਲਕੁਲ ਠੀਕ ਬਣੇ ਆ। ਮਹਿਰੂਮ ਬਾਦਲ ਸਾਹਿਬ ਤੋਂ ਵੀ ਇਹਨਾਂ ਨੇ ਵੀਡੀਓ ਪਵਾਤੀ ਕਿ ਜੀ ਇਹ ਕਾਨੂੰਨ ਠੀਕ ਬਣੇ ਆ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਪਹਿਲੀ ਗੱਲ ਤਾਂ ਪੰਜਾਬ ਬਚਾਓ ਯਾਤਰਾ ਮਿਹਰਬਾਨੀ ਕਰਕੇ ਬੰਦ ਕਰ ਦੇਣ, ਜਿਹੜੇ ਅੱਜ ਪੰਜਾਬ ਦੇ ਹਾਲਾਤ ਆ। ਪਹਿਲੀ ਗੱਲ ਤਾਂ ਇਹ ਸਮਝਾਉਣ, ਪੰਜਾਬ ਨੂੰ ਬਚਾਉਣਾ ਕਿਹਦੇ ਤੋਂ ਆ, ਪੰਜਾਬ ਨੂੰ ਬਚਾਉਣਾ ਕਿਹਦੇ ਤੋਂ ਆ, ਪਹਿਲਾਂ ਤਾਂ ਇਹ ਸਮਝਾਉਣ। ਦੂਜੀ ਬੇਨਤੀ ਹੈ ਕਿ ਅੱਜ ਤੋਂ ਪਹਿਲਾਂ ਜਦੋਂ ਅਕਾਲੀ ਦਲ ਨੇ ਬੀਜੇਪੀ ਨਾਲ ਨਾਤਾ ਤੋੜਿਆ ਸੀ, ਇੰਨਾ ਹੀ ਐਗਰੀਕਲਚਰ ਕਾਨੂੰਨਾਂ ਪਿੱਛੇ ਰੌਲਾ ਪਿਆ ਸੀ। ਜਦੋਂ ਬੀਜੇਪੀ ਨੇ ਲਾਗੂ ਕੀਤੇ, ਹਰਸਿਮਰਤ ਜੀ ਉਹਦੇ ਵਿੱਚ ਮੰਤਰੀ ਸੀ, ਇਹਨਾਂ ਨੇ ਸਾਈਨ ਕੀਤੇ ਕੈਬਨਿਟ ਵਿੱਚ ਉਹਨਾਂ ਕਾਨੂੰਨਾਂ ਤੇ। ਫਿਰ ਸੁਖਬੀਰ ਜੀ ਤੇ ਹਰਸਿਮਰਤ ਜੀ ਹੱਕ 'ਚ ਭੁਗਤਦੇ ਰਹੇ ਇਹਨਾਂ ਕਾਨੂੰਨਾਂ ਦੇ 7 ਮਹੀਨੇ ਕਿ ਬਿਲਕੁਲ ਠੀਕ ਬਣੇ ਆ। ਮਹਿਰੂਮ ਬਾਦਲ ਸਾਹਿਬ ਤੋਂ ਵੀ ਇਹਨਾਂ ਨੇ ਵੀਡੀਓ ਪਵਾਤੀ ਕਿ ਜੀ ਇਹ ਕਾਨੂੰਨ ਠੀਕ ਬਣੇ ਆ। ਫਿਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਪੰਜਾਬ 'ਚੋਂ ਕੰਮ ਖਰਾਬ ਹੁੰਦਾ ਜਾਂਦਾ, ਇਹਨਾਂ ਨੇ ਮੁੜ ਕੇ ਬੀਜੇਪੀ ਨਾਲ ਨਾਤਾ ਤੋੜਿਆ, ਅਸਤੀਫਾ ਦਿੱਤਾ, ਤੇ ਅੱਜ ਗੱਲ ਉੱਥੇ ਦੀ ਉੱਥੇ ਖੜੀ ਹੈ। ਤੇ ਅੱਜ ਦੇਖ ਲਓ ਬੀਜੇਪੀ ਕਿੰਨਾ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ। ਤੇ ਅੱਜ ਮੈਂ ਤਾਂ ਹੈਰਾਨ ਹੈ ਕਿ ਅਕਾਲੀ ਦਲ ਬੀਜੇਪੀ ਨਾਲ ਗੱਲ ਚਲਾ ਲਿਆ ਕਿ ਅਸੀਂ ਇਹਨਾਂ ਨਾਲ ਸੀਟਾਂ ਦੀ ਵੰਡ ਕਰੀਏ ਤੇ ਕਿਵੇਂ ਨਾ ਕਿਵੇਂ ਸਾਨੂੰ ਵੋਟਾਂ 'ਚ ਫਾਇਦਾ ਹੋ ਜੇ। ਇਹਦਾ ਮਤਲਬ ਪੰਜਾਬ ਦੇ ਮੁੱਦਿਆਂ ਨਾਲ ਇਹਨਾਂ ਨੂੰ ਕੋਈ ਦਰਦ ਨਹੀਂ, ਪੰਜਾਬ ਦਾ ਇਹਨਾਂ ਨੂੰ ਕੋਈ ਖਿਆਲ ਨਹੀਂ, ਸਿਰਫ ਤੇ ਸਿਰਫ ਆਪਦੀਆਂ ਕੁਰਸੀਆਂ ਦਾ ਖਿਆਲ ਹੈ। ਸਿਰਫ ਵੋਟਾਂ ਲੈਣ ਵਾਸਤੇ, ਆਪਦਾ ਵੋਟ ਸ਼ੇਅਰ ਵਧਾਉਣ ਵਾਸਤੇ, 1-2-4 MP ਬਣਾਉਣ ਵਾਸਤੇ, ਇਹ ਜਿਹੜੇ ਮੁੱਦੇ ਤੇ ਬੀਜੇਪੀ ਨੂੰ ਛੱਡਿਆ ਸੀ ਉਹ ਮੁੱਦੇ ਦਾ ਜੇ ਕੋਈ ਹੱਲ ਨਹੀਂ, ਤਾਂ ਦੇਖ ਲਓ ਅੱਜ ਬੀਜੇਪੀ ਕੀ ਕਰ ਰਹੀ ਹੈ ਕਿਸਾਨਾਂ ਨਾਲ, ਕਿੰਨਾ ਧੱਕਾ ਕਰ ਰਹੀ ਹੈ, ਤੇ ਅਕਾਲੀ ਦਲ ਉਹਨਾਂ ਨਾਲ ਗੱਠਜੋੜ ਦੀਆਂ ਗੱਲਾਂ ਕਰ ਰਿਹਾ। ਦੂਜੀ ਬੇਨਤੀ, ਜਦੋਂ ਦੇ ਪਾਵਰ ਤੋਂ ਬਾਹਰ ਹੋਏ ਆ, ਇੱਕ ਮੁੱਦਾ ਚੱਕਿਆ,
ਸਿੱਖ ਕੌਮ ਦਾ, ਬੰਦੀ ਸਿੰਘਾਂ ਦੀ ਰਿਹਾਈ, ਹਰੇਕ ਥਾਂ ਬੰਦੀ ਸਿੰਘਾਂ ਦੀ ਰਿਹਾਈ, ਰਾਜੋਵਾਲ ਸਾਹਿਬ ਦੀ ਰਿਹਾਈ, ਕੀ ਬੀਜੇਪੀ ਨੇ ਉਹ ਕਰਤੀ ਰਿਹਾਈ? ਕੀ ਬੀਜੇਪੀ ਉਹਤੇ ਕਮਿਟਮੈਂਟ ਕਰਦੀ ਹੈ? ਅੱਜ ਉਹ ਮੁੱਦੇ ਨੂੰ ਵੀ ਛਿੱਕੇ ਟੰਗ ਕੇ, ਸਿੱਖ ਕੌਮ ਦੇ ਮੁੱਦੇ ਨੂੰ ਛਿੱਕੇ ਟੰਗ ਕੇ ਅਤੇ ਸਿਰਫ ਕੁਰਸੀਆਂ ਵਾਸਤੇ ਸਮਝੌਤਾ ਕਰਨ ਨੂੰ ਤਿਆਰ ਹੋਏ ਬੈਠੇ ਬੀਜੇਪੀ ਨਾਲ। ਸੋ ਮੇਰੀ ਤਾਂ ਅਕਾਲੀ ਦਲ ਵਾਲੇ ਦੋਸਤਾਂ ਨੂੰ ਬੇਨਤੀ ਹੈ, ਕੁਰਸੀਆਂ ਪਰਮਾਤਮਾ ਨੇ ਅਤੇ ਸੰਗਤ ਨੇ ਦੇਣੀਆਂ, ਇਹਦੇ ਮਗਰ ਭੱਜਿਆ ਕੁਛ ਨਹੀਂ ਮਿਲਣਾ ਕੁਰਸੀਆਂ ਦੇ, ਜਿਵੇਂ ਤੁਸੀਂ ਭੱਜੇ ਫਿਰਦੇ ਹੋ ਕਿ ਕਿਵੇਂ ਨਾ ਕਿਵੇਂ ਇੱਧਰੋਂ ਦਾ ਲੱਗ ਜੇ ਉੱਧਰੋਂ ਦਾ ਲੱਗ ਜੇ। ਪੰਜਾਬ ਦੇ ਮੁੱਦਿਆਂ 'ਤੇ, ਸਿੱਖ ਕੌਮ ਦੇ ਮੁੱਦਿਆਂ 'ਤੇ, ਕਿਸਾਨਾਂ ਦੇ ਮੁੱਦਿਆਂ 'ਤੇ ਪਹਿਰਾ ਦੇਵੇ ਅਕਾਲੀ ਦਲ। ਅਕਾਲੀ ਦਲ ਦੀ ਜਿਹੜੀ ਹੋਂਦ ਹੈ ਅੱਜ, ਅਕਾਲੀ ਦਲ ਦੀ ਹੋਂਦ ਦਾ ਸਵਾਲ, ਅਕਾਲੀ ਦਲ ਦੇ ਪ੍ਰਿੰਸੀਪਲਸ ਦਾ ਸਵਾਲ ਹੈ। ਇਹ ਅਕਾਲੀ ਦਲ ਬਣਿਆ ਕਾਹਦੇ ਵਾਸਤੇ ਸੀ? ਸਿੱਖਾਂ ਦੇ ਮੁੱਦਿਆਂ 'ਤੇ ਪਹਿਰਾ ਦੇਣ ਵਾਸਤੇ, ਕਿਸਾਨਾਂ ਦੇ ਜ਼ਿਮੀਂਦਾਰਾਂ ਦੇ ਮੁੱਦਿਆਂ 'ਤੇ ਪੈਸਾ ਦੇਣ ਵਾਸਤੇ। ਅਤੇ ਅੱਜ ਅਕਾਲੀ ਦਲ ਇਹ ਦੋਨੋਂ ਮੁੱਦੇ ਛੱਡ ਕੇ ਸਿਰਫ ਚੰਦ ਕੁਰਸੀਆਂ ਵਾਸਤੇ ਸਮਝੌਤਾ ਕਰਨ ਨੂੰ ਤਿਆਰ ਹੈ। ਸੋ ਮੇਰੀ ਤਾਂ ਅਕਾਲੀ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹ ਪਰਮਾਤਮਾ ਨੇ ਦੇਣੀਆਂ ਕੁਰਸੀਆਂ ਜਾ ਦੇਣੀਆਂ ਲੋਕਾਂ ਨੇ, ਅਤੇ ਜੇ ਕੁਛ ਚੰਗਾ ਕਰੋਗੇ ਦੇ ਦੇਣਗੇ, ਅਤੇ ਮਗਰ ਭੱਜਿਆ ਕੁਛ ਨਹੀਂ ਮਿਲਣਾ। ਅਤੇ ਆ ਜਿਹੜੀਆਂ ਬਿਹਾਈਂਡ ਦ ਬੈਕ ਵਾਲੀਆਂ ਚਲਾਕੀਆਂ ਕਿ ਇੱਧਰੋਂ ਚਾਰ ਫਾਇਦੇ ਲੈ ਲਈਏ, ਇੱਧਰੋਂ ਵੋਟਾਂ ਲੈ ਲਈਏ, ਬੀਜੇਪੀ ਨਾਲ ਰਲ ਕੇ ਦੋ ਸੀਟਾਂ ਜਿੱਤ ਲਈਏ, ਇਹ 'ਚ ਕੁਛ ਨਹੀਂ ਲੱਭਣਾ। ਪੰਜਾਬ ਦੀ ਸਿੱਧੇ ਹੋ ਕੇ ਲੜਾਈ ਲੜੋ, ਸਿੱਖ ਕੌਮ ਦੀ ਲੜਾਈ ਲੜੋ। ਅਤੇ ਇੱਕ ਗੱਲ ਕਲੀਅਰ ਹੋ ਚੁੱਕੀ ਹੈ ਕਿ ਬੀਜੇਪੀ ਸਿੱਖ ਕੌਮ ਦੇ ਮੁੱਦਿਆਂ 'ਤੇ ਅਤੇ ਪੰਜਾਬ ਦੇ ਮੁੱਦਿਆਂ 'ਤੇ ਟੋਟਲੀ ਉਹਦਾ ਸਟੈਂਡ ਫਰਕ ਹੈ। ਸੋ ਜੇ ਅਜੇ ਵੀ ਅਕਾਲੀ ਦਲ ਗੱਲਾਂ ਚਲਾ ਰਿਹਾ ਸਮਝੌਤੇ ਦੀਆਂ, ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ। ਮੈਂ ਸਮਝਦਾ ਕਿ ਅਕਾਲੀ ਦਲ ਦੀ ਬੁਨਿਆਦ ਅਤੇ ਅਕਾਲੀ ਦਲ ਦੇ ਪ੍ਰਿੰਸੀਪਲਸ ਦੇ ਬਿਲਕੁਲ ਇਹ ਗੱਲ ਉਲਟ ਹੈ। ਅਤੇ ਆ ਜਿਹੜੀਆਂ